ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆਂ ਦੇ ਵਾਰਡ ਨੰਬਰ 7 ਮਹੱਲਾ ਪੁਰਾਣਾ ਪੰਜਾਬ ਹਸਪਤਾਲ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਰੋਡ ਦੇ ਵਸਨੀਕੀ ਸੰਤੋਖ ਸਿੰਘ, ਨਰੇਸ਼ ਗੁਪਤਾ, ਜਗਜੀਤ ਸਿੰਘ ਅਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਅਜੀਤ ਸਿੰਘ ਨੇ ਦੱਸਿਆ ਕਿ ਮਹੱਲਾ ਪੁਰਾਣਾ ਪੰਜਾਬ ਹਸਪਤਾਲ ਦੇ ਰਸਤਿਆਂ ਦਾ ਇੰਨਾ ਮਾੜਾ ਹਾਲ ਸੀ ਕਿ ਬਿਨਾਂ ਬਰਸਾਤ ਦੇ ਪਾਣੀ ਖੜ੍ਹਾ ਰਹਿੰਦਾ ਸੀ ਅਤੇ ਬਰਸਾਤ ਦੇ ਦੌਰਾਨ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਸੀ ਕਿ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੀ। ਇਹ ਸਮੱਸਿਆ ਨੂੰ ਵਾਰਡ ਨੰਬਰ 7 ਦੇ ਕੌਂਸਲਰ ਅੰਜੂ ਅਟਵਾਲ ਅਤੇ ਉਹਨਾਂ ਦੇ ਪਤੀ ਸੰਜੇ ਅਟਵਾਲ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ, ਜਿਸ ਨਾਲ ਮੁਹੱਲਾ ਵਾਸੀਆਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲੀ। ਇਸੇ ਤਰ੍ਹਾਂ ਵਾਰਡ ਨੰਬਰ 7 ਅਤੇ 8 ਵਿੱਚ ਪੈਂਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਰੋਡ ਦਾ ਵੀ ਇੰਨਾ ਮਾੜਾ ਹਾਲ ਸੀ ਕਿ ਰਸਤਾ ਨੀਵਾਂ ਹੋਣ ਕਰਕੇ ਨਾਲੀਆਂ ਦਾ ਪਾਣੀ ਰਸਤੇ ਵਿੱਚ ਖੜ੍ਹਾ ਹੋ ਜਾਂਦਾ ਸੀ, ਜਿਸ ਨਾਲ ਸੰਗਤਾਂ ਨੂੰ ਰਸਤੇ ਵਿੱਚ ਖੜ੍ਹੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਸਮੱਸਿਆ ਨੂੰ ਵਾਰਡ ਨੰਬਰ 7 ਦੇ ਕੌਂਸਲਰ ਅੰਜੂ ਅਟਵਾਲ ਅਤੇ ਉਹਨਾਂ ਦੇ ਪਤੀ ਸੰਜੇ ਅਟਵਾਲ ਅਤੇ ਵਾਰਡ ਨੰਬਰ 8 ਦੇ ਕੌਂਸਲਰ ਬਲਜਿੰਦਰ ਕਾਲਾ ਦੇ ਧਿਆਨ ਵਿੱਚ ਲਿਆਂਦਾ, ਜਿਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਕੀਤਾ। ਇਸ ਮੌਕੇ ਸੰਜੇ ਅਟਵਾਲ, ਸੰਤੋਖ ਸਿੰਘ, ਜਗਜੀਤ ਸਿੰਘ, ਕਾਲਾ ਮਸੀਹ, ਬੱਬੂ ਮਸੀਹ ਅਤੇ ਹੋਰ ਹਾਜ਼ਰ ਸਨ। ਅਤੇ ਵਾਰਡ ਨੰਬਰ 7 ਦੇ ਵਿੱਚ ਗੁਰੂ ਨਾਨਕ ਦਰਬਾਰ ਮੁਹੱਲੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਜੀ, ਜਿਹੜੀ ਕਿ ਅਸੀਂ ਅੰਜੂ ਅਟਵਾਲ ਜਿਹੜਾ ਕਿ ਸਾਡੇ ਇੱਥੇ MC ਸਾਹਿਬ ਹੈਗੇ ਆ ਉਹਨਾਂ ਨੂੰ ਇਸ ਧਿਆਨ 'ਚ ਲਿਆਂਦੀ ਅਤੇ ਇਹ ਉਹਨਾਂ ਨੇ ਸਮੱਸਿਆ ਸਾਡੀ ਬਹੁਤ ਜਲਦੀ ਕਹਿਣ ਦੇ ਉੱਤੇ ਹੱਲ ਕੀਤੀ। ਹਾਂਜੀ, ਹੁਣ ਸਾਨੂੰ ਪਾਣੀ ਤੋਂ ਬਿਲਕੁਲ ਨਿਜਾਤ ਹੋ ਗਈ ਹੈਗੀ ਹੈ। ਜਿਹੜਾ ਬਾਰਿਸ਼ ਮਾੜੀ ਹੈ, ਬਾਰਿਸ਼ ਆਉਂਦੀ ਸੀ ਤਾਂ ਇੱਥੇ ਕਿਚਕੜ ਲੱਗ ਜਾਂਦਾ ਸੀਗਾ, ਉਹ ਬਿਲਕੁਲ ਹੁਣ ਸਹੀ ਹੋ ਗਈ ਹੈਗੀ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ। ਜਿਹੜੀ ਬੜਾ ਪਿੰਡ ਰੋਡ 'ਤੇ ਕ੍ਰਿਸ਼ਨਾ ਕਲੋਨੀ ਵਿੱਚ ਇਸ ਗਲੀ ਦੀ ਜੋ ਪ੍ਰੋਬਲਮ ਸੀਗੀ, ਆਉਂਦੇ ਜਾਂਦੇ ਬੰਦਿਆਂ ਨੂੰ ਬਹੁਤ ਦਿੱਕਤ ਹੁੰਦੀ ਸੀ, ਉਹ ਸਾਡੇ MC ਸਾਹਿਬਾਨ ਸੰਜੂ ਅਟਵਾਲ ਜੀ ਪਲੱਸ ਆਪਣੇ ਬਲਜਿੰਦਰ ਕਾਲਾ ਭਾਜੀ, ਇਹਨਾਂ ਦੀ ਮਿਹਰਬਾਨੀ ਨਾਲ ਇਹ ਪੂਰੀ ਗਲੀ ਤਿਆਰ ਹੋ ਗਈ ਹੈ। ਇੱਥੇ ਜੋ ਪਰੇਸ਼ਾਨੀ ਸੀ, ਇੱਕ ਤਾਂ ਪਾਣੀ ਗਲੀ ਵਿੱਚ ਖੜ੍ਹ ਜਾਂਦਾ ਸੀ, ਮੱਛਰ ਪੈਦਾ ਹੁੰਦੇ ਸੀ, ਬਿਮਾਰੀ ਸੀ, ਉਹ ਉਸ ਤੋਂ ਰਾਹਤ ਮਿਲ ਗਈ ਹੈ ਔਰ ਬਾਕੀ ਸਾਰੇ ਮੁਹੱਲੇ ਵਾਲੇ ਸਾਰੇ ਖੁਸ਼ ਨੇ। ਮੇਰਾ ਨਾਂ ਅਜੀਤ ਸਿੰਘ ਅਤੇ ਮੈਂ ਮੁੱਖ ਸੇਵਾ ਦਾ ਗੁਰਦੁਆਰਾ ਗੁਰੂ ਨਾਨਕ ਦਰਬਾਰ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸੰਜੇ ਅਟਵਾਲ ਜੀ ਦਾ ਅਤੇ ਬਲਜਿੰਦਰ ਕਾਲਾ ਜੀ ਦਾ, ਜਿਨ੍ਹਾਂ ਨੇ ਸਾਰੀ ਸੜਕ ਬਣਵਾ ਦਿੱਤੀ ਹੈ ਗੁਰਦੁਆਰਾ ਸਾਹਿਬ ਆਉਣ ਵਾਲੀ, ਕਿਉਂਕਿ ਸੰਗਤਾਂ ਨੂੰ ਬਹੁਤ ਦਿੱਕਤ ਹੁੰਦੀ ਸੀਗੀ। ਸਾਰੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਕਾਰਜ ਵਧੀਆ ਤਰੀਕੇ ਨਾਲ ਕਰਵਾ ਦਿੱਤਾ। ਅੱਗੇ ਤੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਕਾਰਜ ਵਧੀਆ ਤਰੀਕੇ ਨਾਲ ਹੁੰਦੇ ਰਹਿਣ, ਜਿਹੜੀ ਸੰਗਤ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਨਾ ਹੁੰਦੀ ਹੋਵੇ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ। ਮੇਨ ਸਮੱਸਿਆ ਹੈਗੀ ਸੀਗੀ, ਮੇਨ ਸਮੱਸਿਆ ਇਹ ਸੀਗੀ ਵੀ ਪਾਣੀ ਖੜ੍ਹ ਜਾਂਦਾ ਸੀ ਅੱਗੇ, ਉਹ ਸੰਗਤ ਨੂੰ ਆਉਣ ਜਾਣ ਵਿੱਚ ਦਿੱਕਤ ਹੁੰਦੀ ਸੀ ਬਹੁਤ ਜ਼ਿਆਦਾ। ਜਿੱਦਾਂ ਬਾਰਿਸ਼ ਦੇ ਟਾਈਮ ਉੱਦਾਂ ਵੀ ਮੂਨ ਖੜ੍ਹਾ ਜਾਂਦਾ ਸੀ ਉੱਥੇ ਪਾਣੀ, ਉੱਥੇ ਆਲੇ ਦੁਆਲੇ ਵਾਲੇ ਲੋਕ ਵੀ ਬਹੁਤ ਪਰੇਸ਼ਾਨ ਸੀਗੇ। ਹੁਣ ਉਹਨਾਂ ਨੂੰ ਵੀ ਸੁੱਖ ਦਾ ਸਾਹ ਹੋਇਆ ਵੀ ਆਹ ਪਰੇਸ਼ਾਨੀ ਨਹੀਂ ਆਈ।